ਇਹ ਕਲਾਕਾਰਾਂ ਦੀ ਅਹੀ ਦੀ ਤਹੀ ਲੰਡੂ ਕਲਾਕਾਰ ਆ ਜਿਹੜੇ। ਵੀਡੀਓ ਵਿੱਚ ਇਹ ਆਵਾਜ਼ਾਂ ਉਹਨਾਂ ਕੁਝ ਪ੍ਰਬੰਧਕਾਂ ਦੀਆਂ ਨੇ ਜਿਨ੍ਹਾਂ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕਰ ਕਲਾਂ ਵਿਖੇ ਇੱਕ ਮੇਲਾ ਕਰਵਾਉਣਾ ਹੈ, ਪਰ ਜਦੋਂ ਉਹਨਾਂ ਇਸ ਮੇਲੇ ਲਈ ਗਾਇਕਾਂ ਨੂੰ ਫੋਨ ਕੀਤਾ ਤਾਂ ਕੀ ਸੀ ਉਹਨਾਂ ਗਾਇਕਾਂ ਦਾ ਜਵਾਬ, ਆਓ ਦੇਖਦੇ ਹਾਂ ਇਸ ਵੀਡੀਓ ਵਿੱਚ। ਆਹ ਦੇਖੋ ਜੀ, ਪੂਰਾ ਪਿੰਡ ਖਟਕੜ ਕਲਾਂ ਭਗਤ ਸਿੰਘ ਦਾ ਪਿੰਡ, ਸਾਰੇ ਆਪਣੇ ਮੁੰਡੇ ਯਾਰ ਦੋਸਤ ਸਾਰੇ ਇਕੱਠੇ ਹੋਏ ਅੱਜ। ਇਹ ਕਲਾਕਾਰਾਂ ਦੀ ਅੱਜ ਇਹੀ ਦੀ ਤਹੀ, ਇਹ ਇੱਥੇ ਨਾ ਆ ਕੇ ਮੰਗਦੇ ਆ ਸ਼ਹੀਦਾਂ ਦੇ ਪੈਸੇ, ਵੀ 5 ਲੱਖ ਲੈਣਾ, 7 ਲੱਖ ਲੈਣਾ, 10 ਲੱਖ ਲੈਣਾ, ਹੈ ਨਾ। ਵੀ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਤੁਸੀਂ ਸ਼ਹੀਦਾਂ ਛੱਡ ਦਿਓ ਅਤੇ ਹੋਰ ਤਾਂ ਕੋਈ ਤੁਸੀਂ ਨਹੀਂ ਛੱਡਣੇ, ਵਿਆਹ ਵੂਹਾਂ ਤਾਂ ਚਲੋ ਮੰਨਿਆ ਤੁਸੀਂ ਲੈ ਲੈਂਦੇ ਆ, ਪਰ ਵਿਆਹ ਸਾਨੂੰ ਉੱਦਾਂ ਨਹੀਂ ਕੋਈ ਮਿਲਦਾ, ਇਹ ਵੀ ਪਤਾ ਸਾਨੂੰ ਸਾਰਿਆਂ ਨੂੰ। ਅਤੇ ਵੀਰੋ ਤੁਸੀਂ ਦੱਸੋ, ਭਾਅ ਜੀ ਬੋਲੋ ਮਾੜਾ ਜਿਹਾ ਤੁਸੀਂ। ਸਾਡਾ ਤਾਂ ਇਹੀ ਮਕਸਦ ਆ ਵੀ ਆਹ ਜਿਹੜੇ ਕਲਾਕਾਰ ਆ ਮੂੰਹ ਅੱਡ ਅੱਡ ਕੇ ਪੈਸੇ ਮੰਗਦੇ ਆ, ਅਤੇ ਉਹਨਾਂ ਨੂੰ ਥੋੜ੍ਹੀ ਬਹੁਤੀ ਸ਼ਰਮ ਕਰਨੀ ਚਾਹੀਦੀ ਆ ਵੀ ਆਪਾਂ ਸ਼ਹੀਦੀ ਕੁਰਬਾਨੀ ਦਾ ਆਹ ਮੁੱਲ ਪਾਉਂਦੇ ਹਾਂ ਅੱਜ। ਅਸੀਂ ਉਹਨਾਂ ਦੇ ਜਨਮ ਦਿਨ 'ਤੇ ਉਹਨਾਂ ਤੋਂ ਪੈਸੇ ਮੰਗਦੇ ਹਾਂ ਵੀ ਸਾਨੂੰ ਇੰਨੇ ਪੈਸੇ ਦਿਓ ਅਤੇ ਅਸੀਂ ਤਾਂ ਗਾਵਾਂਗੇ। ਦੱਸੋ ਇਹਨਾਂ ਕਲਾਕਾਰਾਂ ਦੀ ਕੀ ਕਰੀਏ, ਇਹਨਾਂ ਦਾ ਕੀ ਬਾਈਕਾਟ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਵੀ ਜਿਹੜਾ ਸਿੰਗਰ ਖੜਦੇ ਆ ਭਾਅ ਜੀ, ਦੱਸ ਦਿਓ ਤੁਸੀਂ ਆਪ। ਸਾਡੇ ਨਾਲ KS ਮੱਖਣ ਭਾਅ ਜੀ ਆ, ਪੂਰਾ ਸਹਿਯੋਗ ਦਿੰਦੇ ਆ, ਹਰ ਟਾਈਮ ਹਰ ਥਾਂ ਜਦੋਂ ਮਰਜ਼ੀ ਉਹਨਾਂ ਨੂੰ ਕਹੀਏ ਹਰ ਟਾਈਮ ਮੋਢੇ ਨਾਲ ਮੋਢਾ ਲਾ ਕੇ ਖੜਨ ਨੂੰ ਤਿਆਰ ਆ। ਹੁਣ ਵੀ ਮੈਨੂੰ ਫੋਨ ਆਇਆ 10 ਮਿੰਟ ਪਹਿਲਾਂ, ਭਾਅ ਜੀ ਉਹਨਾਂ ਨੇ ਇਹੀ ਕਿਹਾ ਵੀ ਕੋਈ ਗੱਲ ਨਹੀਂ, ਮੈਂ ਤੁਹਾਡੇ ਨਾਲ ਆ, ਕੋਈ ਫਿਕਰ ਕਰਨ ਦੀ ਲੋੜ ਨਹੀਂ। ਪਰ ਕੁਛ ਕੁ ਲੰਡੂ ਕਲਾਕਾਰ ਆ ਜਿਹੜੇ ਅੱਜ 1-2 ਗਾਣੇ ਕੱਢ ਕੇ ਉਹ ਇਹ ਸਾਬਤ ਕਰਨਾ ਚਾਹੁੰਦੇ ਆ ਵੀ ਅਸੀਂ ਪਤਾ ਨਹੀਂ ਕਿੱਡੇ ਕੁ ਵੱਡੇ ਬਣ ਗਏ ਹਾਂ ਜਾਂ ਸ਼ਹੀਦ ਤੋਂ ਉੱਤੇ ਹੋ ਗਏ ਹਾਂ, ਉਹਨਾਂ ਨੂੰ ਮਾੜੀ ਮੋਟੀ ਸ਼ਰਮ ਕਰਨੀ ਚਾਹੀਦੀ ਆ। ਇਸ ਕਰਕੇ ਇੱਥੇ ਗੈਰੀਸਨ ਤੋਂ ਕੇਸ ਮੱਖਣ ਬਹੁਤ ਸਾਰੇ ਗੁਰਦਾਸ ਮਾਨ ਕਲਾਕਾਰ ਵੀ ਫ੍ਰੀ ਆ ਚੁੱਕੇ ਨੇ, ਕੋਈ ਫੈਨ ਨਹੀਂ। ਫਿਰ ਮਤਲਬ ਤੁਸੀਂ ਸਭ ਡਰਾਮੇ ਪੇਸ਼ ਕਰਦੇ ਆ ਸਾਰਿਆਂ ਮੂਹਰੇ ਤੁਹਾਡੇ, ਹੈ ਨਾ। ਆ ਦੋ ਸਿੰਗਰਾਂ ਕੁੜੀਆਂ ਨੂੰ ਵੀ ਕੀਤਾ ਨਾ, ਕਿਹੜੀ ਸਿੰਗਰ ਦੀ? ਕੌਰਵੀ 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 ਨੂੰ ਵੀ ਫੋਨ ਕੀਤਾ ਜੀ, ਕੌਰਵੀ ਨੇ ਕਹਿੰਦੀ ਵੀ ਕੀ ਕਹਿੰਦੀ ਭਾਈ ਦੱਸੋ, 3.5 ਲੱਖ ਰੁਪਇਆ ਲਓ ਜੀ, 3.5 ਲੱਖ ਰੁਪਇਆ ਭਗਤ ਸਿੰਘ ਕੋਲ ਲੈਣਾ ਜੀ, ਤੇ ਉਹ ਤੇ ਉਹਨੇ ਆਪਣਾ ਪਰਿਵਾਰ ਸਾਰਾ ਕੁਝ ਦੇਖ ਲਓ ਜੀ, ਹੈ ਨਾ ਜੀ। ਗੰਦੇ ਗਾਣੇ ਇਹਨਾਂ ਤੋਂ ਜਿੰਨੇ ਮਰਜ਼ੀ ਗਵਾ ਲਓ, ਭਾਵੇਂ ਇਹਨਾਂ ਨੂੰ 7 ਲੱਖ ਦੇ ਦਿਓ ਗੰਦਿਆਂ ਗਾਣਿਆਂ ਦਾ, ਉਹ ਵੀ ਗਾਉਣ ਨੂੰ ਇਹ ਤਿਆਰ ਆ ਜੀ। ਵੀਡੀਓ ਦੌਰਾਨ ਕੀਤੀਆਂ ਗੱਲਾਂ ਕਿਸੇ ਹੱਦ ਤੱਕ ਸਹੀ ਨੇ, ਪਰ ਇਸ ਤਰ੍ਹਾਂ ਕਿਸੇ ਗਾਇਕ ਦੀ ਸੋਸ਼ਲ ਮੀਡੀਆ ਉੱਤੇ ਸ਼ਰੇਆਮ ਬੇਇੱਜ਼ਤੀ ਕਰਨਾ ਗਲਤ ਹੈ, ਕਿਉਂਕਿ ਹਰ ਗਾਇਕ ਦਾ ਆਪਣਾ ਮੁਕਾਮ ਹੈ ਜਿਸ ਨੂੰ ਉਸਨੇ ਬੜੀ ਮਿਹਨਤ ਤੇ ਮੁਸ਼ਕਤ ਨਾਲ ਪਾਇਆ ਹੁੰਦਾ ਹੈ। ਬਿਊਰੋ ਰਿਪੋਰਟ, ਚੈਨਲ ਸਤਰੰਗ। ਫੋਰ ਮੋਰ ਅਪਡੇਟਸ ਸਬਸਕ੍ਰਾਈਬ ਚੈਨਲ ਸਤਰੰਗ.com।